ਹੈਲੋਸੀ ਕਮੇਟੀ, ਮੈਂ ਕਸ਼ਮੀਰ ਤੋਂ ਅਮਰਜੀਤ ਸਿੰਘ ਬੋਲ ਰਿਹਾ ਹਾਂ। ਮੇਰਾ ਵਿਆਹ ਡੋਡੇ ਦੇ ਵਿੱਚ ਹੋਇਆ ਹੈ ਅਤੇ ਮੈਨੂੰ ਇੱਥੇ ਜਿਹੜੇ ਮੇਰੀ ਬੀਵੀ ਦਾ ਮਾਮਾ ਹੈ ਉਹਨੇ ਮਿਲ ਕੇ ਮੈਨੂੰ ਮਾਰਿਆ ਹੈ। ਅੱਜ ਉਹ ਮੈਨੂੰ ਕਹਿੰਦੇ ਨੇ ਕਿ ਤੂੰ ਸਿੱਖ ਹੈ, ਮਤਲਬ ਕਹਿੰਦੇ ਤੂੰ ਸਿੱਖ ਹੈ, ਤੈਨੂੰ ਅਸੀਂ ਇੱਥੇ ਰਹਿਣ ਨਹੀਂ ਦੇ ਰਹਾ, ਤੇਰੇ ਬਾਲ ਕੱਟੇ ਹੋਏ ਆ, ਤੇਰੇ ਬਾਲ ਅਸੀਂ ਕੱਟਾਂਗੇ, ਤੇਰੀ ਦਾੜ੍ਹੀ ਅਸੀਂ ਇੱਥੇ ਕਰਾਂਗੇ। ਦੇਖੋ ਮੇਰੇ ਬਾਲ ਇੱਥੇ ਮਤਲਬ ਖਿਲਾਰੇ ਹੋਏ ਨੇ, ਮੈਨੂੰ ਮਾਰਿਆ ਵੀ ਹੈ ਇਹ ਦੇਖੋ, ਲੇਕਿਨ ਮੈਂ ਫਿਰ ਵੀ ਬਾਲ ਨੂੰ ਹੱਥ ਨਹੀਂ, ਮੇਰੀ ਪਗੜੀ ਉਤਾਰੀ ਗਈ ਹੈ, ਮੈਂ ਫਿਰ ਵੀ ਆਪਣੀ ਪਗੜੀ ਨੂੰ, ਇਹ ਦੇਖੋ ਮੇਰੀ ਪਗੜੀ ਉਤਾਰੀ ਗਈ ਹੈ। ਇਹ ਰਾਤ ਦਾ ਸਮੇਂ ਹੈ, ਮੈਂ ਕੁਛ ਨਹੀਂ ਕਹਿ ਸਕਦਾ, ਮੇਰੀ ਪਗੜੀ ਉਤਾਰੀ ਗਈ ਹੈ। ਇਹ ਦੇਖੋ ਮੈਨੂੰ ਖੂਨੋ ਖੂਨ ਕੀਤਾ ਹੋਇਆ ਹੈ, ਮੈਨੂੰ ਮਾਰਿਆ ਵੀ ਹੈ ਉਹਨਾਂ ਨੇ, ਮੈਂ ਕੁਛ ਨਹੀਂ ਕਹਿ ਸਕਦਾ, ਮਾਰਿਆ ਬੜਾ ਉਹਨਾਂ ਨੇ ਲੋਕਾਂ ਨੇ। ਕਹਿੰਦੇ ਨਹੀਂ ਤੂੰ ਬਾਲ ਕਟਾਉਣੇ ਆਪਣੇ, ਤੂੰ ਸਿੱਖ ਹੈ, ਤੈਨੂੰ ਅਸੀਂ ਇੱਥੇ ਰਹਿਣ ਨਹੀਂ ਦੇਣਾ। ਮੇਰੇ ਨਾਲ ਇਹ ਮਸਲਾ ਹੋਇਆ ਇੱਥੇ ਹੋਇਆ, ਮੈਂ ਖਾਲਸਾ ਵੀ ਯੂਥ ਨੂੰ ਇਹ ਕਰਦਾ ਹਾਂ ਕਿ ਮੈਨੂੰ ਇੱਥੋਂ ਬਚਾ ਲੈਣ, ਬਾਕੀ ਪੁਲਿਸ ਦੀ ਜਿਹੜੀ ਕਾਰਵਾਈ ਹੈ ਮੈਂ ਉੱਥੇ ਜਾ ਰਿਹਾ, ਅਗਰ ਪੁਲਿਸ ਕਾਰਵਾਈ ਨਹੀਂ ਕਰਦੀ ਹੈ ਤਾਂ ਮੈਂ ਸਿੱਖ ਕਮੇਟੀ ਨੂੰ ਇਹ ਕਰਦਾ ਕਿ ਉਹ ਮੇਰੀ ਇਹ ਕਰਨ।